ਫੌਜ ਵਿੱਚ ਡਿਊਟੀ ਕਰਦੇ ਨੌਜਵਾਨ ਲਾਇਸ ਨਾਇਕ ਗੁਰਮੋਹਨ ਸਿੰਘ ਦੀ ਹੋਈ ਮੌਤ ਪਿਛਲੇ ਸਾਲ ਚੀਨੀ ਸੈਨਿਕਾਂ ਦੇ ਨਾਲ ਹੋਈ ਝੜਪ 'ਚ ਹੋਇਆ ਸੀ ਜ਼ਖਮੀ। ਜੰਮੂ ਦੇ ਸਤਵਾਰੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਨੌਜਵਾਨ। ਗੈਂਗਸਟਰ ਟੈਰਰ ਲਿੰਕ ਮਾਮਲੇ 'ਚ ਵੱਡੀ ਕਾਰਵਾਈ, NIA ਨੇ 100 ਤੋਂ ਵੱਧ ਥਾਵਾਂ 'ਤੇ ਮਾਰਿਆ ਛਾਪਾ। ਛੱਪੜ 'ਚ ਮਿਲੀ 7 ਸਾਲਾ ਬੱਚੀ ਦੀ ਲਾਸ਼, ਮਤਰੇਈ ਮਾਹੀ ਨਿਕਲੀ ਬੱਚੀ ਦੀ ਕਾਤਲ। ਅੰਮ੍ਰਿਤਸਰ 'ਚ ਦੇਖਿਆ ਗਿਆ ਡਰੋਨ, BSF ਨੇ TPS ਰਾਹੀਂ ਡਰੋਨ ਨੂੰ ਰੋਕਿਆ। ਤਲਾਸ਼ੀ ਮੁਹਿੰਮ ਦੌਰਾਨ ਮਿਲੀ 15 ਕਿਲੋ ਹੈਰਨ, ਅੰਮ੍ਰਿਤਸਰ ਦੇ ਪਿੰਡ ਕੱਕੜ ਨੇੜਿਓ ਬਰਾਮਦ ਹੋਈ ਹੈਰਨ। ਮੰਤਰੀ ਨੇ ਕੀਤਾ ਨਵੇਂ ਬੱਸ ਅੱਡੇ ਦਾ ਉਦਘਾਟਨ, ਪੁਰਾਣਾ ਤੇ ਨਵਾਂ ਦੋਵੇਂ ਬੱਸ ਅੱਡੇ ਕਰਨਗੇ ਕੰਮ। ਭਗਵੰਤ ਮਾਨ ਦਾ ਵਿਰੋਧੀ ਧਿਰਾਂ ਤੇ ਨਿਸ਼ਾਨਾ, ਲੋਕਾਂ ਨੇ ਦਿੱਤਾ ਵਿਰੋਧੀਆਂ ਨੂੰ ਜਵਾਬ, ਮਾਨ ਨੇ ਕਿਹਾ। ਸੀਐਮ ਮਾਨ ਨੇ ਕਿਹਾ ਸੀ ਕੰਮਾਂ ਦੇ ਨਾਂ ਤੇ ਮੰਗੀਆਂ ਵੋਟਾਂ, ਵਿਰੋਧੀ ਪਾਰਟੀਆਂ 'ਚ ਹੰਗਾਰ। ਨਵੇਂ ਬੱਸ ਸਟੈਂਡ ਦੀ ਸ਼ੁਰੂਆਤ ਪਿਛਲੀਆਂ ਸਰਕਾਰਾਂ ਨੇ ਨਹੀਂ ਦਿੱਤਾ ਧਿਆਨ। ਸਰਜੀਤ ਭੁੱਲਰ ਨੇ ਕਿਹਾ ਜਲਦ ਹੀ ਇਲੈਕਟ੍ਰੋਨਿਕ ਬੱਸਾਂ ਵੀ ਚੱਲਣਗੀਆਂ, ਬੱਸ ਸਟੈਂਡ ਦਾ ਕੰਮ ਪਿਛਲੇ 20 ਸਾਲਾਂ ਤੋਂ ਪਿਆ ਸੀ ਲਟਕਿਆ। ਵਿਧਾਇਕ ਕੋਹਲੀ ਨੇ ਸੀਐਮ ਮਾਨ ਦਾ ਕੀਤਾ ਧੰਨਵਾਦ, ਕਿਹਾ ਸੁਚਾਰੂ ਰੂਪ ਦੇ ਨਾਲ ਚੱਲੇਗਾ ਹੁਣ ਟ੍ਰੈਫਿਕ। ਲੋਕਾਂ ਨੂੰ ਮਿਲਣਗੀਆਂ ਆਧੁਨਿਕ ਸਹੂਲਤਾਂ, ਬੱਸ ਸਟੈਂਡ ਦੀ ਸੌਗਾਤ ਮਿਲਣ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਗਿਆ ਧੰਨਵਾਦ। ਪਟਿਆਲਾ ਨੂੰ ਮੁੱਖ ਮੰਤਰੀ ਨੇ ਦਿੱਤੀ ਸੌਗਾਤ, ਆਧੁਨਿਕ ਤਕਨੀਕ ਨਾਲ ਲੈਸ ਹੈ ਬੱਸ ਸਟੈਂਡ, 61 ਕਰੋੜ ਦੀ ਲਾਗਤ ਦੇ ਨਾਲ ਹੋਇਆ ਤਿਆਰ। ਸੜਕ ਹਾਦਸੇ ਦੇ ਪੀੜਤਾਂ ਦੀ ਮਦਦ, ਆਪ ਵਿਧਾਇਕ ਨੇ ਕੀਤੀ ਮਦਦ, ਗੱਡੀ ਰਾਹੀਂ ਪਹੁੰਚਾਇਆ ਹਸਪਤਾਲ। ਫਿਲਮ IB71 12 ਮਈ ਨੂੰ ਵੱਡੇ ਪੱਧਰ ਤੇ ਰਿਲੀਜ਼ ਹੋਈ ਤੇ ਫਿਲਮ ਦੇ ਵਿੱਚ ਜਸ ਐਕਸ਼ਨ ਥ੍ਰਿਲਰ ਵਿਦਯੁਤ ਜਾਮਵਾਲ ਨੇ ਇਸ ਫਿਲਮ ਨਾਲ ਬਤੌਰ ਨਿਰਮਾਤਾ ਡੈਬਿਊ ਕੀਤਾ। ਫਿਲਮ ਨੇ 5 ਦਿਨਾਂ 'ਚ 10.46 ਕਰੋੜ ਦਾ ਕੀਤਾ ਕਾਰੋਬਾਰ। ਸਾਰਾ ਖਾਨ ਤੇ ਵਿੱਕੀ ਕੌਸ਼ਲ ਦੀ ਫਿਲਮ ਜ਼ਰਾ ਹਟ ਕੇ ਜ਼ਰਾ ਬਚ ਕੇ ਦਾ ਟ੍ਰੇਲਰ ਰਿਲੀਜ਼, ਫਿਲਮ ਦਾ ਨਿਰਦੇਸ਼ਕ ਲਕਸ਼ਮਣ ਉਟੇਕਰ ਨੇ ਕੀਤਾ। ਲਾਂਚ ਮੌਕੇ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਇੱਕ ਆਟੋ ਦੇ ਵਿੱਚ ਪਹੁੰਚੇ, ਦੋਨਾਂ ਨੇ ਢੋਲ ਤੇ ਖੂਬ ਡਾਂਸ ਕੀਤਾ। ਫਿਲਮ ਜ਼ਰਾ ਹਟ ਕੇ ਜ਼ਰਾ ਬਚ ਕੇ ਦਾ ਟ੍ਰੇਲਰ ਅਨੋਖੇ ਤਰੀਕੇ ਦੇ ਨਾਲ ਕੀਤਾ ਗਿਆ ਰਿਲੀਜ਼। ਕੈਟਰੀਨਾ ਨੂੰ ਤਲਾਕ ਦੇਣ ਦੇ ਸਵਾਲ ਤੇ ਵਿੱਕੀ ਕੌਸ਼ਲ ਨੇ ਹੱਸਦੇ ਹੋਏ ਕਿਹਾ ਕਿ ਕੁਝ ਵੀ ਹੋ ਜਾਵੇ ਮੈਂ ਕਈ ਜ਼ਿੰਦਗੀਆਂ ਕੈਟਰੀਨਾ ਦੇ ਨਾਲ ਰਹਾਂਗਾ। ਸੈਫ ਅਲੀ ਖਾਨ ਮੁਸੀਬਤ 'ਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ 11 ਸਾਲ ਪਹਿਲਾਂ ਸੈਫ ਤੇ ਉਸਦੇ 2 ਦੋਸਤਾਂ ਤੇ ਦੱਖਣੀ ਅਫਰੀਕੀ ਕਾਰੋਬਾਰੀ ਅਤੇ ਉਸਦੇ ਸਹੁਰੇ ਤੇ ਹਮਲਾ ਕਰਨ ਦਾ ਦੋਸ਼ ਹੈ। ਮਾਮਲੇ ਦੀ ਸੁਣਵਾਈ ਅਗਲੇ ਮਹੀਨੇ ਹੋਵੇਗੀ। ਹਾਲੀ ਦੇ ਵਿੱਚ ਮੁੰਬਈ ਦੇ ਇੱਕ ਕੰਸਰਟ ਦੇ ਵਿੱਚ ਨੌਰਫਤੇ ਨੇ ਬੇਬੀ ਕਾਮ ਡਾਊਨ ਗਾਇਕ ਰੇਮਾ ਦੇ ਨਾਲ ਸਟੇਜ ਤੇ ਡਾਂਸ ਕੀਤਾ। ਫਿਲਹਾਲ ਨਾਈਜੀਰੀਅਨ ਸਿੰਗਰ ਰੇਮਾ 3 ਦਿਨਾਂ ਦੇ ਦੌਰੇ ਤੇ ਭਾਰਤ ਆਏ ਹੋਏ ਨੇ।
ਸਿੰਘਾਨ ਸ਼ਾਹਰੁਖ ਦੀ ਫਿਲਮ ਡੌਨ 3 ਦਾ ਇੰਤਜ਼ਾਰ ਫੈਨਸ ਲੰਮੇ ਸਮੇਂ ਤੋਂ ਕਰ ਰਹੇ ਨੇ ਜਿਸ ਤੋਂ ਪ੍ਰੋਡਿਊਸਰ ਤੇ ਰਿਤੇਸ਼ ਸਿੰਧਵਾਨੀ ਨੇ ਖੁਲਾਸਾ ਕੀਤਾ ਹੈ ਕਿ ਡੌਨ 3 ਅਜੇ ਸਕ੍ਰਿਪਟਿੰਗ ਦੇ ਸਟੇਜ ਤੇ ਹੈ। ਮੁੰਬਈ ਦੇ ਮਾਂਦਰਾ ਚ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਮਾਂ ਤੇ ਸੱਸ ਸਹੁਰੇ ਨਾਲ ਦਿਖਾਈ ਦਿੱਤੀ। ਉਹਨਾਂ ਨੇ ਆਪਣੀ ਫੈਮਿਲੀ ਨਾਲ ਲੰਚ ਵੀ ਕੀਤਾ। ਸ਼ਿਲਪਾ ਦੇ ਨਾਲ ਉਹਨਾਂ ਦੇ ਪਤੀ ਰਾਜ ਕੁੰਦਰਾ ਵੀ ਦਿਖੇ। ਸਾਰਾ ਅਲੀ ਖਾਨ ਕਾਂਸ ਫਿਲਮ ਫੈਸਟੀਵਲ ਚ ਡੈਬਿਊ ਕਰੇਗੀ। रोहित शेट्टी के शो खतरों के खिलाड़ी सीजन 13 के लिए दक्षिणी अफ्रीका पहुंची टीम प्रतियोगियों ने अपने सोशल मीडिया प्रोफाइलों भी अपडेट किया शुरू।